ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਅੰਮ੍ਰਿਤਸਰ ਦੇ 3 ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਯਾਨੀ ਕਿ BDPO ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਲੋਂ ਮੁਅੱਤਲ ਕੀਤੇ ਗਏ BDPOs ਅਧਿਆਪਕਾਂ ਦੇ ਵਿੱਚ ਯਸ਼ਪਾਲ, ਰਵਿੰਦਰਜੀਤ ਕੌਰ ਅਤੇ ਦਲਜੀਤ ਸਿੰਘ ਸ਼ਾਮਿਲ ਨੇ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ IAS ਜਸਪ੍ਰੀਤ ਤਲਵਾੜ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਕੂਲੀ ਵਰਦੀਆਂ ਦੀ ਖਰੀਦ ਅਤੇ ਗ੍ਰਾਂਟ ਦੇ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਤਹਿਤ ਅੰਮ੍ਰਿਤਸਰ ਦੇ 3 ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ। ਸੋ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵੱਡਾ ਐਕਸ਼ਨ ਲਿਆ ਗਿਆ ਹੈ। ਅੰਮ੍ਰਿਤਸਰ ਦੇ 3 BDPO ਮੁਅੱਤਲ ਕੀਤੇ ਗਏ ਨੇ। ਸਕੂਲੀ ਵਰਦੀਆਂ ਦੀ ਖਰੀਦ ਅਤੇ ਗ੍ਰਾਂਟ ਦੇ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਲਗਾਏ ਗਏ ਨੇ। ਮੈਂ ਸਭ ਤੋਂ ਪਹਿਲਾਂ ਮਾਨ ਸਰਕਾਰ ਦਾ ਜਿਹੜਾ ਵਾ ਬੜਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਜਿਹੜਾ ਇਸ ਵਰਕਿੰਗ ਨੂੰ ਜਿਹੜਾ ਟੌਪ ਕਲਾਸ ਬਣਾਇਆ ਵਾ ਕਿ ਜਿਹੜੇ ਵੀ ਕਿਸੇ ਕਿਸਮ ਦਾ ਕੋਈ ਗਲਤ ਕੰਮ ਕਰਦੇ ਨੇ ਜਾਂ ਜਿਹੜੀਆਂ ਸਰਕਾਰ ਦੀਆਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਕਾਰਵਾਈ, ਔਰ ਮੈਂ ਸ਼ੁਰੂ ਤੋਂ ਹੀ ਆਪਣੇ ਡਿਪਾਰਟਮੈਂਟ 'ਚ ਇਸ ਗੱਲ ਦਾ ਯਕੀਨ ਰੱਖਦਾ ਰਿਹਾ ਵਾਂ। ਇਹ ਸਾਨੂੰ ਪਹਿਲੀ ਵਾਰ ਮਾਨ ਸਰਕਾਰ ਨੇ ਪ੍ਰੀ ਪ੍ਰਾਇਮਰੀ ਦੀਆਂ ਯੂਨੀਫਾਰਮ ਦਿੱਤੀਆਂ ਸੀ ਬੱਚਿਆਂ ਵਾਸਤੇ। ਸਾਡੇ ਕੋਲ ਪਹਿਲੀ ਤੋਂ ਪੰਜਵੀਂ ਤੱਕ ਆਲਰੇਡੀ ਆਉਂਦੀਆਂ ਨੇ। ਇਹ ਪਹਿਲੀ ਵਾਰੀ ਸਰਕਾਰ ਨੇ ਉਪਰਾਲਾ ਕੀਤਾ ਕਿ ਪ੍ਰੀ ਪ੍ਰਾਇਮਰੀ ਦੀਆਂ ਯੂਨੀਫਾਰਮ ਜਿਹੜੀਆਂ ਬੱਚਿਆਂ ਵਾਸਤੇ ਆਈਆਂ। ਮੇਰੇ ਜ਼ਿਲ੍ਹੇ ਦੇ ਵਿੱਚ 25,872 ਸਟੂਡੈਂਟ ਨੂੰ ਜਿਹੜਾ ਵਾ 1,55,23,200 ਰੁਪਈਆ ਜਿਹੜਾ ਵਾ ਸਾਨੂੰ ਜਿਹੜਾ ਆਇਆ। ਇਹ ਜਿਹੜੇ ਮੇਰੇ ਕੋਲ ਜਿਹੜੇ BPO ਸੀ, ਇਹ 3 BPO ਜਿਹੜੇ ਨੇ ਇਹਨਾਂ ਦੇ ਕੋਲ ਜਿਹੜੇ 9 ਬਲਾਕ ਸੀ ਉਹਦੇ ਵਿੱਚ 16,181 ਬੱਚੇ ਸੀ ਇਹਨਾਂ ਦੇ ਕੋਲ, ਅਤੇ 600 ਰੁਪਏ ਦੇ ਹਿਸਾਬ ਨਾਲ 97,08,000 ਸਮਥਿੰਗ ਅਮਾਊਂਟ ਜਿਹੜੀ ਆ ਇਹਨਾਂ ਨੂੰ ਜਿਹੜੀ ਟ੍ਰਾਂਸਫਰ ਕੀਤੀ ਗਈ। ਗੌਰਮੈਂਟ ਦੀਆਂ ਲੈਟਰ ਇਹਨਾਂ ਨੂੰ ਭੇਜੀਆਂ ਗਈਆਂ। ਇਹਨਾਂ ਨੂੰ ਇਹ ਪਤਾ ਕਿ ਪਹਿਲੀ ਤੋਂ ਪੰਜਵੀਂ ਤੱਕ ਅਸੀਂ ਆਲਰੇਡੀ ਯੂਨੀਫਾਰਮ ਦਿੰਦੇ ਹਾਂ, ਉਹਦਾ ਪ੍ਰੋਸੈਸ ਸਕੂਲ ਔਰ SMC ਕਮੇਟੀਆਂ ਵਾ। ਜੇ ਤੁਹਾਨੂੰ ਇਹ ਪੈਸੇ ਆ ਗਏ ਨੇ ਤੁਸੀਂ ਉਸੇ ਪ੍ਰੋਸੈਸ ਨੂੰ ਅਡੋਪਟ ਕਰਨਾ, ਜੇ ਨਹੀਂ ਪਤਾ ਤਾਂ ਤੁਸੀਂ ਇਹ ਪ੍ਰੀ ਪ੍ਰਾਇਮਰੀ ਦਾ ਪੁੱਛੋ। ਤੁਹਾਨੂੰ ਬਕਾਇਦਾ ਲੈਟਰ ਲਾਈਆਂ ਨੇ, 27 ਤਰੀਕ ਨੂੰ DPI ਮੈਡਮ ਦਾ ਮੈਸੇਜ ਆਇਆ ਤਾਂ ਇਹਨਾਂ ਨੂੰ, 28 ਤਰੀਕ ਨੂੰ ਇਹਨਾਂ ਨੂੰ ਲੈਟਰ ਲਾਈ ਆ, 30 ਨੂੰ ਫਿਰ ਲੈਟਰ ਲਿਖੀ ਆ, 4 ਨੂੰ DPI ਸਾਹਿਬ ਦੀ VC ਹੋਈ ਆ ਉਹਦੇ 'ਚ ਇਹਨਾਂ ਨੂੰ ਫਿਰ ਲੈਟਰ ਜਾਰੀ ਕੀਤੀ ਆ। ਔਰ ਇਹਨਾਂ ਨੇ ਇੱਕ ਹੀ ਜਾਣੇ ਕੋਲੋਂ ਵਰਦੀਆਂ ਖਰੀਦ ਕੇ ਸਾਰੀਆਂ ਕਰਕੇ ਪਰਚੇਜ ਕਰਕੇ ਉਹ ਸਕੂਲਾਂ ਦੇ ਵਿੱਚ ਜਿਹੜਾ ਦੇਣ ਚਲੇ ਗਏ। ਕਾਫੀ ਵਿਵਾਦ ਖੜਾ ਹੋਇਆ, ਜਿਹੜੀਆਂ ਯੂਨੀਅਨ ਸੀ ਕੁਝ ਸਾਡੇ ਟੀਚਰ CST ਉਹ ਸਾਰਿਆਂ ਨੇ ਜਿਹੜਾ ਰਿਟਰਨ ਲਿਖ ਕੇ ਦਿੱਤਾ। ਮੈਂ ਇਹਦੀ ਸਾਰੀ ਜਿਹੜੀ ਆ ਇਹਨਾਂ ਦੇ ਕੋਲੋਂ ਡਿਟੇਲ ਲੈ ਕੇ ਮੈਂ ਸਾਰੀ ਵਿਭਾਗ ਨੂੰ ਭੇਜੀ ਆ। ਮੈਂ ਵਿਭਾਗ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਆਪਣੇ ਅਫਸਰਾਂ ਦੇ ਉੱਤੇ ਜਿਹੜਾ ਇਤਬਾਰ ਕੀਤਾ ਵਾ ਔਰ ਇਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਆ। ਇਹਦੇ ਨਾਲ ਜਿਹੜਾ ਵਾ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਬਰਦਸਤ ਸੁਧਾਰ ਹੋਏਗਾ। ਜਿਹੜੇ ਇਹੋ ਜਿਹੇ ਚੀਜ਼ਾਂ ਦੇ ਵਿੱਚ ਰਲੇ ਹੋਏ ਨੇ ਉਹਨਾਂ ਨੂੰ ਜਿਹੜਾ ਵਾ ਇਹ ਅਕਲ ਆਏਗੀ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।